ਜਿਸ ਵੇਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਿਤਾ ਬੰਦਾ ਸਿੰਘ ਬਹਾਦਰ ਨੂੰ ਆਪਣੇ ਹੱਥ ਦਾ ਥਾਪਣਾ ਲਾ ਕੇ ਪੰਜਾਬ ਨੂੰ ਭੇਜਦੇ ਹਨ ਤਾਂ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਆ ਕੇ ਫੌਜਾਂ ਨੂੰ ਇਕੱਠਾ ਕਰਕੇ ਸੂਬਾ ਸਰਹੰਦ ਨੂੰ ਇੱਕ ਖੱਤ ਲਿਖਦਾ ਹੈ। ਦੱਸੀ ਕਾ ਚੀਮਿਆਂ ਕੀ ਲਿਖਦਾ ਹੈ? ਉਹ ਖੱਤ ਲਿਖਿਆ ਬੰਦੇ ਸ਼ੇਰ ਨੇ, ਕਹਿੰਦੇ ਰੱਬ ਦਾ ਨਾਂ ਤਿਆ ਗੱਲ ਸੁਣ ਸਰਹੰਦਿਆ ਸੂਬਿਆ, ਹੋ ਗੱਲ ਸੁਣ ਸਰਹੰਦ ਦਿਆ ਸੂਬਿਆ, ਹੁਣ ਮੌਤ ਗਈ ਤੇਰੀ ਆਹ ਗੁਰਾਂ ਕਰਦੇ ਨਾਲ ਹੈ, ਹੋ ਤੇ ਗੁਰਾਂ ਕਰਦੇ ਨਾਲ ਹੈ, ਹੋ ਤੇ ਗੁਰਾਂ ਕਰਦੇ ਨਾਲ ਹੱਲੇ ਆਡਾ ਡਾ ਵੈਰ ਕਮਾ, ਮੈਨੂੰ ਦੱਸ ਕਾ ਪਾਪੀਆ ਹਾਕਮਾ, ਹੋ ਮੈਨੂੰ ਦੱਸ ਕਾ ਪਾਪੀਆ ਹਾਕਮਾ, ਲਿਆ ਕਿਹੜਾ ਤੇ ਵੈਰ ਕਮਾ, ਲੈਂਦਾ ਫੜਿਓ ਨਾ ਦੇ ਬਾਪ ਨੂੰ, ਹੋ ਲੈਂਦਾ ਫੜਿਓ ਨਾ ਦੇ ਬਾਪ ਨੂੰ, ਓ ਪਾਪੀਆ ਰਾਜਿਆ, ਹੋ ਲੈਂਦਾ ਫੜਿਓ ਨਾ ਦੇ ਬਾਪ ਨੂੰ, ਤੈਨੂੰ ਦਿੰਦਾ ਸਬਕ ਸਿਖਾ, ਤੇਰੇ ਵੱਢ ਕੇ ਕਰਦਾ ਡੱਕਰੇ, ਹੋ ਤੇਰੇ ਵੱਢ ਕੇ ਕਰਦਾ ਡੱਕਰੇ, ਦਿੰਦਾ ਕੁੱਤਿਆਂ ਤੋਂ ਪੜਵਾ, ਮੈਂ ਵੀ ਕਲਗੀ ਤਰਦਾ ਸਿੰਘ ਹਾਂ, ਹੋ ਮੈਂ ਵੀ ਕਲਗੀ ਤਰਦਾ ਸਿੰਘ ਹਾਂ, ਹੋ ਮੈਂ ਵੀ ਕਲਗੀ ਤਰਦਾ ਸਿੰਘ ਹਾਂ, ਤੈਨੂੰ ਦੇਵਾਂ ਸੱਚ ਸੁਣਾਇਓ, ਤੂੰ ਫੌਜਾ ਕਰ ਲੈ ਇਕੱਠੀਆਂ, ਹੋ ਤੂੰ ਫੌਜਾ ਕਰ ਲੈ ਇਕੱਠੀਆਂ, ਬੰਦਾ ਗਿਆ ਪੰਜਾਬੋ ਧਾਉ, ਤੇਰੀ ਇੱਛਾ ਈ ਸਰਹੰਦ ਦੀ, ਹੋ ਤੇਰੀ ਇੱਛਾ ਈ ਸਰਹੰਦ ਦੀ, ਹੋ ਤੇਰੀ ਇੱਛਾ ਈ ਸਰਹੰਦ ਦੀ, ਤੇਰੀ ਇੱਟ ਨਾਲੇ ਇੱਟ ਖੜਕਾ, ਤੈਨੂੰ ਨਾਲ ਸਹਾਗੇ ਬੰਨ ਕੇ, ਹੋ ਤੈਨੂੰ ਨਾਲ ਸਹਾਗੇ ਬੰਨ ਕੇ, ਦਊ ਗਲੀਆਂ ਗਲਤ ਕਰਾ, ਚੀਮਾ ਕਹਿ ਖਨੌਰੀ ਵਾਲੜਾ, ਹੋ ਚੀਮਾ ਕਹਿ ਖਨੌਰੀ ਵਾਲੜਾ, ਦੇਣਾ ਕਿਲਾ ਹੰਕਾਰ ਦਾ ਟਾ, ਦੇਣਾ ਕਿਲਾ ਹੰਕਾਰ ਦਾ ਟਾ।